ਜਿਵੇਂ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਨੌਜਵਾਨਾਂ ਦੇ ਅੰਦਰ ਇੱਕ ਜਨੂਨ ਸੀ ਜਜ਼ਬਾ ਸੀ ਵੀ ਅਸੀਂ ਬੈਰੀਗੇਡ ਤੋੜ ਦੇਣੇ ਆ ਅਸੀਂ ਅੱਗੇ ਵੱਧ ਜਾਣਾ ਦਿੱਲੀ ਤੇ ਜਾ ਕੇ ਧੌਣ ਤੇ ਕੇਂਦਰ ਸਰਕਾਰ ਦੀ ਗੋਡਾ ਰੱਖ ਲੈਣਾ ਉਹੀ ਗੱਲ ਹੋਈ ਆ ਦੇਖਣ ਨੂੰ ਮਿਲਿਆ ਉਹੀ ਭਾਈ ਜੇ ਪੰਜਾਬ ਵਿੱਚ ਜੇ ਬੋਲਦਾ ਫਿਰ ਪੰਜਾਬ ਕਰਕੇ ਦਿਖਾਉਂਦਾ ਕਹਿੰਦੇ ਕਿ ਮੂਵੀ ਬਣੀ ਪੰਜਾਬ ਬੋਲਦਾ ਜਿਹੜੀ ਸੀ ਉਹ ਪਤਾ ਲੱਗ ਗਿਆ ਪੰਜਾਬ ਬੋਲਦਾ ਬਾਕੀ ਪੰਜਾਬ ਕਰਕੇ ਦਿਖਾਉਂਦਾ ਬੋਲਦਾ ਤੇ ਕਰਕੇ ਦਿਖਾਉਂਦਾ ਜਦੋਂ ਭਗਤ ਸਿੰਘ ਹੋਰਾਂ ਨੂੰ ਫਾਂਸੀ ਦੇਣ ਦਾ ਸਮਾਂ ਸੀ ਉਸ ਵੇਲੇ ਉਹ ਕਿਤਾਬ ਪੜ੍ਹ ਰਹੇ ਸੀ ਤੇ ਉਹਨਾਂ ਕਿਤਾਬ ਪੜ੍ਹਦੇ ਪੜ੍ਹਦੇ ਕਿਤਾਬ ਦਾ ਪੰਨਾ ਮੋੜਦਾ ਜੇਲਰ ਸਾਹਿਬ ਪੁੱਛ ਰਹੇ ਨੇ ਉਹਨੂੰ ਕਿ ਪੰਨਾ ਤਾਂ ਉਹ ਮੋੜਦੇ ਹੁੰਦੇ ਨੇ ਜਦੋਂ ਆ ਕੇ ਜਿਹਨੇ ਖੋਲਣਾ ਹੁੰਦਾ ਉਹਨਾਂ ਨੇ ਕਿਹਾ ਸੀ ਮੈਂ ਪੰਨਾ ਮੋੜ ਕੇ ਚੱਲਿਆ ਪਰ ਅੱਗੇ ਨੌਜਵਾਨ ਪੀੜ੍ਹੀ ਉਹ ਪੰਨਾ ਖੋਲੂਗਾ ਜੋ ਪੰਨਾ ਖੁੱਲ ਚੁੱਕਿਆ ਕਹਿ ਸਕਦੇ ਹਾਂ ਉਹ ਬਹੁਤ ਜ਼ਰੂਰੀ ਬਹੁਤ ਚੰਗਾ ਕੰਮ ਕੀਤਾ ਜੀ ਸ੍ਰੀ ਭਗਤ ਸਿੰਘ ਜੀ ਬਹੁਤ ਚੰਗਾ ਕੰਮ ਕੀਤਾ ਤੇ ਮੈਂ ਉਹਨਾਂ ਸਲੂਟ ਉਹਨਾਂ ਨੂੰ ਮੈਂ ਤਿੰਨਾਂ ਜਾਣਿਆਂ ਨੂੰ ਸੀਗਾ ਤੇ ਮੈਂ ਚਾਹੁੰਦਾ ਬਸ ਜਿੰਨਾ ਵੀ ਹੋ ਸਕਦਾ ਵੀ ਅੱਜ ਪੰਨਾ ਖੁੱਲੂਗਾ ਤੇ ਜੋ ਅੱਗੇ ਪੜ੍ਹਾਂਗੇ ਤੇ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਚੰਗੀਆਂ ਗੱਲਾਂ ਦੱਸਾਂਗੇ ਜੋ ਪੰਜਾਬ ਬਾਰੇ ਗਲਤ ਕਹਿੰਦੇ ਸੀਗੇ ਅਸੀਂ ਉਹਨਾਂ ਦੱਸਿਆ ਪੰਜਾਬ ਗਲਤ ਨਹੀਂ ਸੀਗਾ ਪੰਜਾਬ ਬਹੁਤ ਚੰਗਾ ਬਹੁਤ ਵਧੀਆ ਸਿੱਖ ਠੋਕ ਕੇ ਖੜਦਾ ਜਿਵੇਂ ਕਿਸਾਨ ਭੁੱਖ ਹੜਤਾਲ ਤੇ ਬੈਠੇ ਨੇ ਤੇ ਉੱਧਰ ਜਿਹੜੇ ਭਾਜਪਾ ਲੀਡਰ ਆ ਉਹਨਾਂ ਦੀ ਗੱਲ ਕਰੀਏ ਉਹ ਤੰਜ ਕੱਸ ਰਹੇ ਨੇ ਉਹ ਟਿੱਪਣੀਆਂ ਕਰ ਰਹੇ ਨੇ ਵਿਵਾਦਿਤ ਬਿਆਨ ਦੇ ਰਹੇ ਨੇ ਕਹਿ ਰਹੇ ਨੇ ਕਿ ਇਹ ਜਿਹੜੇ ਕਿਸਾਨ ਨੇ ਕੈਨੇਡਾ ਤੇ ਪਾਕਿਸਤਾਨ ਤੋਂ ਆਏ ਹੋਏ ਪੈਸੇ ਤੇ ਐਸ਼ ਕਰ ਰਹੇ ਨੇ ਅਜਿਹੇ ਵਿਵਾਦਿਤ ਬਿਆਨ ਦੇ ਰਹੇ ਨੇ ਨਹੀਂ ਨਹੀਂ ਮੈਨੂੰ ਹਜੇ ਤੱਕ ਕੁਛ ਪਤਾ ਨਹੀਂ ਗਾ ਠੀਕ ਹੈ ਕਿਸਾਨ ਮੈਨੂੰ ਜੋ ਵੀ ਪਤਾ ਆਪਾਂ ਨੂੰ ਦਿਸ ਰਿਹਾ ਜੋ ਅੱਖਾਂ ਮੁਰੇ ਆ ਰਿਹਾ ਆਪਾਂ ਨੂੰ ਉਹੀ ਪਤਾ ਅਤੇ ਮੈਂ ਇਹੀ ਕਹਿੰਦਾ ਪਲੀਜ਼ ਵੀ ਜੋ ਵੀ ਕਰੋ ਚੰਗਾ ਕਰੋ ਮਾੜਾ ਨਾ ਕਰੋ ਕਿਸੇ ਦਾ ਮਾੜਾ ਕਰਕੇ ਕਿਸੇ ਦਾ ਆਪਦਾ ਵੀ ਚੰਗਾ ਨਹੀਂ ਹੁੰਦਾ ਸਤਿ ਸ਼੍ਰੀ ਅਕਾਲ ਮੁੜ ਤੋਂ ਜੁੜੇ ਹਾਂ ਅਸੀਂ ਕਿਸਾਨੀ ਅੰਦੋਲਨ ਜਿਹੜਾ ਸਿਖਰਾਂ ਦੇ ਪਹੁੰਚਿਆ ਸਿੰਘੂ ਬਾਰਡਰ ਤੋਂ ਤੁਹਾਨੂੰ ਪਲ ਪਲ ਦੀ ਜਾਣਕਾਰੀ ਦੇ ਰਹੇ ਹਾਂ ਇੱਥੇ ਵੱਡੇ ਪੱਧਰ 'ਤੇ ਸਮਰਥਨ ਮਿਲ ਰਿਹਾ ਹਰ ਵਰਗ ਦਾ ਸਮਰਥਨ ਮਿਲ ਰਿਹਾ ਇੱਥੇ ਸਾਡੇ ਨਾਲ ਸਤਨਾਮ ਸਿੰਘ ਸੱਤਾ ਨੇ ਜਿਹੜੇ ਗੱਲਬਾਤ ਕਰਦੇ ਹਾਂ ਸਤਨਾਮ ਸਿੰਘ ਦੇ ਨਾਲ ਬਾਸਕਟਬਾਲ ਦੇ ਪਲੇਅਰ ਨੇ ਗੱਲਬਾਤ ਕਰਦੇ ਹਾਂ ਸਤਨਾਮ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਦੱਸ ਦਈਏ ਦਰਸ਼ਕਾਂ ਨੂੰ ਅਸੀਂ ਕਹਿ ਰਹੇ ਸੀ ਕਿ ਅਸੀਂ ਆਪਾਂ ਬੈਠ ਕੇ ਗੱਲ ਕਰ ਲੈਂਦੇ ਹਾਂ ਕਿਉਂਕਿ ਤੁਹਾਡੇ ਜਿਹੜਾ ਹਾਈਟ ਆ ਸੁੱਖ ਨਾਲ ਬਹੁਤ ਜ਼ਿਆਦਾ ਵੱਡੀ ਹਾਈਟ ਆ ਅਤੇ ਇਸ ਕਰਕੇ ਚਲੋ ਬਹੁਤ ਵਧੀਆ ਇਹੋ ਜਿਹੇ ਨੌਜਵਾਨ ਜਿਹੜੇ ਨੇ ਇੱਕ ਦੂਜੇ ਨੌਜਵਾਨਾਂ ਦੇ ਅੰਦਰ ਵੀ ਜੋਸ਼ ਪੈਦਾ ਕਰਦੇ ਨੇ ਤੁਹਾਡੇ ਵਰਗੇ ਅਤੇ ਜਾਣਨਾ ਚਾਹਾਂਗੇ ਤੁਹਾਡਾ ਜਿਹੜਾ ਕਿੰਨਾ ਸਮਾਂ ਹੋ ਗਿਆ ਇਸ ਦੇ ਵਿੱਚ ਜਿਹੜਾ ਤੁਸੀਂ ਬਾਸਕਟਬਾਲ ਕਰ ਰਹੇ ਹੋ ਤੁਸੀਂ ਇਹ ਅਤੇ ਜਿਹੜਾ ਅੱਜ ਇੱਥੇ ਨੌਜਵਾਨ ਦੇਖਣ ਨੂੰ ਮਿਲ ਰਹੇ ਆ ਇਹਨਾਂ ਨੌਜਵਾਨਾਂ ਨੂੰ ਨਸ਼ੇੜੀ ਕਿਹਾ ਜਾਂਦਾ ਸੀ ਵਿਹਲੜ ਕਿਹਾ ਜਾਂਦਾ ਨਿਕੰਮੇ ਕਿਹਾ ਜਾਂਦਾ ਸੀ ਉਹਦੇ ਬਾਰੇ ਤੁਹਾਡੇ ਤੋਂ ਜਾਣਾਂਗੇ ਸਭ ਤੋਂ ਪਹਿਲਾਂ ਮੈਂ ਕਹਿੰਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਤੇ ਜੇ ਤੁਸੀਂ ਕਹੀਏ ਤਾਂ ਇਹ ਬਹੁਤ ਗਲਤ ਗੱਲ ਹੈ ਲੋਕਾਂ ਦੀ ਅਤੇ ਪਬਲਿਕ ਦੀ ਜਾਂ ਬਾਕੀ ਹੋਰ ਲੋਕ ਜਿਹੜੇ ਕਹਿੰਦੇ ਆ ਵੀ ਅੱਜ ਕੱਲ੍ਹ ਮੁੰਡੇ ਨੌਜਵਾਨ ਨਸ਼ੇੜੀ ਹੋ ਗਿਆ ਪਰ ਇੱਥੇ ਹੁਣ ਪਤਾ ਲੱਗ ਗਿਆ ਸਾਰੇ ਮੁੰਡੇ ਨੌ ਨਸ਼ੇੜੀ ਨਹੀਂ ਹੈਗੇ ਮੁੰਡੇ ਨੌਜਵਾਨ ਪੂਰੇ ਤਕੜੇ ਖੜਕੇ ਆ ਮੈਨੂੰ ਨਹੀਂ ਲੱਗਦਾ ਕੋਈ ਇੱਥੇ ਬਜ਼ੁਰਗ ਹੋਣਾ ਸਾਰੇ ਜਿੰਨੇ ਵੀ ਨੌਜਵਾਨ ਹੀ ਇਹਦੇ ਤੁਰੇ ਫਿਰਦੇ ਆ ਨਜ਼ਾਰੇ ਪੂਰੇ ਖਾ ਪੀ ਰਹੇ ਐਸ਼ ਕਰ ਰਹੇ ਆ ਮਿੰਨੀ ਪੰਜਾਬ ਬਣਾ ਕੇ ਰੱਖਿਆ ਜੱਟਾਂ ਨੇ ਜਿਵੇਂ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਨੌਜਵਾਨਾਂ ਦੇ ਅੰਦਰ ਇੱਕ ਜਨੂਨ ਸੀ ਜਜ਼ਬਾ ਸੀ ਵੀ ਅਸੀਂ ਬੈਰੀਗੇਡ ਤੋੜ ਦੇਣੇ ਆ ਅਸੀਂ ਅੱਗੇ ਵੱਧ ਜਾਣਾ ਦਿੱਲੀ ਤੇ ਜਾ ਕੇ ਧੌਣ ਤੇ ਕੇਂਦਰ ਸਰਕਾਰ ਦੀ ਗੋਡਾ ਰੱਖ ਲੈਣਾ ਉਹੀ ਗੱਲ ਹੋਈ ਆ ਦੇਖਣ ਨੂੰ ਮਿਲਿਆ ਉਹੀ ਕੁਛ ਭਾਈ ਜੇ ਪੰਜਾਬ ਜੇ ਬੋਲਦਾ ਫਿਰ ਪੰਜਾਬ ਕਰਕੇ ਦਿਖਾਉਂਦਾ ਕਹਿੰਦੇ ਕਿ ਮੂਵੀ ਬਣੀ ਪੰਜਾਬ ਬੋਲਦਾ ਜਿਹੜੀ ਸੀਗੀ ਉਹ ਪਤਾ ਲੱਗ ਗਿਆ ਪੰਜਾਬ ਬੋਲਦਾ ਬਾਕੀ ਪੰਜਾਬ ਕਰਕੇ ਵੀ ਦਿਖਾਉਂਦਾ ਬੋਲਦਾ ਤੇ ਕਰਕੇ ਵੀ ਦਿਖਾਉਂਦਾ ਫਿਰ ਤੁਸੀਂ ਇੱਥੇ ਕਿੰਨੇ ਕੁ ਨੌਜਵਾਨ ਜਿਹੜੇ ਆਏ ਹੋ ਬਾਹਰੋਂ ਆਏ ਹੋ ਤੁਸੀਂ ਕਿੰਨੇ ਕੁ ਟੀਮ ਆ ਤੁਹਾਡੀ ਅਤੇ ਕਿਸ ਤਰ੍ਹਾਂ ਸੰਘਰਸ਼ ਨੂੰ ਦੇਖ ਰਹੇ ਹੋ ਸਾਰਾ ਕੁਛ ਕੇਂਦਰ ਦੇ ਰਵੱਈਏ ਨੂੰ ਕਿਵੇਂ ਦੇਖ ਰਹੇ ਹੋ ਅਸੀਂ ਬਹੁਤ ਮੁੰਡੇ ਆਏ ਜੀ 15-20 ਜਣੇ ਆਏ ਹਾਂ ਜੀ ਪਿੰਡੋਂ ਨੌਜਵਾਨ ਮੁੰਡੇ ਕਬੱਡੀਆਂ ਦੇ ਮੁੰਡੇ ਤਕੜੇ ਮੁੰਡੇ ਆਪਣੇ ਹੈਗੇ ਨੇ ਭਲਵਾਨ ਜਿਹੜੇ ਸਾਰੇ ਆਏ ਮੇਰੇ ਨਾਲ ਅਤੇ ਮੈਂ ਬਾਸਕਟਬਾਲ ਦਾ ਪਲੇਅਰ ਮੈਂ ਇਕੱਲਾ ਹੀ ਆਇਆ ਅਤੇ ਮੈਂ ਚਾਹ ਕਹਿੰਦਾ ਵੀ ਸਾਰੇ ਜਿੰਨੇ ਵੀ ਆਪਣੇ ਬਾਸਕਟਬਾਲ ਹੋਰ ਖਿਲਾਰੀ ਨੇ ਸਾਰੇ ਆਓ ਅਤੇ ਆਪਾਂ ਇਹਨਾਂ ਸਾਰੀ ਮਦਦ ਕਰੀਏ ਜਿਵੇਂ ਕੋਈ ਵੀ ਜਿਹੜੀ ਲਹਿਰ ਉੱਠੀ ਆ ਅੰਦੋਲਨ ਉੱਠਿਆ ਪੰਜਾਬ ਤੋਂ ਸ਼ੁਰੂ ਹੋਇਆ ਅਤੇ ਹਰ ਵਾਰ ਫਤਿਹ ਹੀ ਹੋਈ ਆ ਇਸ ਵਾਰ ਕੀ ਲੱਗਦਾ ਕਿੰਨੇ ਕੁ ਸਮਾਂ ਲੱਗੂਗਾ ਫਤਿਹ ਹੋਣ ਚਾਹੇ ਜਿੰਨਾ ਮਰਜ਼ੀ ਸਮਾਂ ਲੱਗ ਜਾਵੇ ਫਤਿਹ ਹੋ ਕੇ ਜਾਊ ਬਿਲਕੁਲ ਇਤਿਹਾਸ ਗਵਾਹ ਜਿਵੇਂ ਜੱਸਾ ਸਿੰਘ ਆਲੂਵਾਲੇ ਬਾਬਾ ਸਿੰਘ ਬਾਬਾ ਬਘੇਲ ਸਿੰਘ ਹੋਰਾਂ ਨੇ ਦਿੱਲੀ ਦਾ ਕਿਲਾ ਫਤਿਹ ਕਰਿਆ ਸੀ ਉਹ ਟਾਈਮ ਆ ਗਿਆ ਅੱਜ ਕਿ ਹੁਣ ਫਤਿਹ ਹੋਣ ਵਾਲੀ ਆ ਬਸ ਬਿਲਕੁਲ ਫਤਿਹ ਹੋਊਗੀ ਜ਼ਰੂਰ ਹੋਊਗੀ ਰੱਬ ਦਾ ਬਾਬੇ ਨਾਨਕ ਦੀ ਪੂਰੀ ਮਿਹਰ ਹੈ ਸਾਡੇ ਸਾਰਿਆਂ 'ਤੇ ਗੋਬਿੰਦ ਸਿੰਘ ਜੀ ਦੀ ਸਾਰਿਆਂ ਦੀ ਮਿਹਰ ਸਾਡੇ 'ਤੇ ਅਤੇ ਫਤਿਹ ਹੋ ਕੇ ਹੀ ਜਾਊਗੀ ਇੱਕ ਜਦੋਂ ਭਗਤ ਸਿੰਘ ਹੋਰਾਂ ਨੂੰ ਫਾਂਸੀ ਦੇਣ ਦਾ ਸਮਾਂ ਸੀ ਉਸ ਵੇਲੇ ਉਹ ਕਿਤਾਬ ਪੜ੍ਹ ਰਹੇ ਸੀ ਅਤੇ ਉਹਨਾਂ ਕਿਤਾਬ ਪੜ੍ਹਦੇ ਪੜ੍ਹਦੇ ਕਿਤਾਬ ਦਾ ਪੰਨਾ ਮੋੜਤਾ ਜੇਲਰ ਸਾਹਿਬ ਪੁੱਛ ਰਹੇ ਨੇ ਉਹਨੂੰ ਕਿ ਪੰਨਾ ਤਾਂ ਉਹ ਮੋੜਦੇ ਹੁੰਦੇ ਨੇ ਜਦੋਂ ਆ ਕੇ ਜਿਹਨੇ ਖੋਲਣਾ ਹੁੰਦਾ ਉਹਨਾਂ ਨੇ ਕਿਹਾ ਸੀ ਮੈਂ ਪੰਨਾ ਮੋੜ ਕੇ ਚੱਲਿਆ ਪਰ ਅੱਗੇ ਨੌਜਵਾਨ ਪੀੜ੍ਹੀ ਉਹ ਪੰਨਾ ਖੋਲੂਗਾ ਜੋ ਪੰਨਾ ਖੁੱਲ ਚੁੱਕਿਆ ਕਹਿ ਸਕਦੇ ਹਾਂ ਬਿਲਕੁਲ ਕਹਿ ਸਕਦੇ ਨੌਜਵਾਨ ਨੇ ਪੰਨਾ ਖੋੜਤਾ ਉਹ ਬਹੁਤ ਜ਼ਰੂਰੀ ਬਹੁਤ ਚੰਗਾ ਕੰਮ ਕੀਤਾ ਜੀ ਸ੍ਰੀ ਭਗਤ ਸਿੰਘ ਜੀ ਬਹੁਤ ਚੰਗਾ ਕੰਮ ਕੀਤਾ ਅਤੇ ਮੈਂ ਉਹਨਾਂ ਸਲੂਟ ਉਹਨਾਂ ਨੂੰ ਮੈਂ ਤਿੰਨਾਂ ਜਾਣਿਆਂ ਨੂੰ ਸੀਗਾ ਜੀ ਅਤੇ ਮੈਂ ਚਾਹੁੰਦਾ ਬਸ ਜਿੰਨਾ ਵੀ ਹੋ ਸਕਦਾ ਵੀ ਅੱਜ ਪੰਨਾ ਖੁੱਲੂਗਾ ਅਤੇ ਜੋ ਅੱਗੇ ਪੜ੍ਹਾਂਗੇ
तो आने वाली पीढ़ी में असं चंगी गल् दसागे जो पंजाब बारे गलत कहेंगे सके असं उन्हें दसा पंजाब गलत नहीं है पंजाब बहुत चंगा बहुत वधिया सिक ठोक के खड़ता हमेशा बस जिमें किसान भुख हड़ताल से बैठे ने तो उधर जो भाजपा लीडर है उन्होंने गल करिए तंज कस रहे ने टिप्पणियां कर रहे हैं विवादित बयान दे रहे हैं कह रहे हैं कि यह जो किसान ने कनेडा तो पाकिस्तान तो आए हुए पैसे तो ऐश कर रहे हैं अजिहे विवादित बयान दे रहे हैं नहीं नहीं मैंने हजे तक कुछ पता नहीं गाँ ठीक है किसान मैं जो भी पता अपन दिस रहा जो अखा मूहे आ रहा अपन उ पता तो मैं यही कहना प्लीज़ भी जो भी करो चंगा करो माड़ा ना करो किसी का माड़ा करके कि आपका भी चंगा नहीं हूँ। सो ए सी सतनाम सिंह सत्ता जिन्हों जो कि बास्केटबॉल के इंटरनेशनल प्लेयर हैं जिन्हों के वलों कहा जा रहा कि अज पंजाब के नौजवान जाग चुके ने पंजाब के नौजवानों के जोश देखने मिल रहा तो नाल ही बाकी के नौजवानों अपील की कि बस चढ़ के किसानी अंदोलन की हमायत की जाए। लगातार बने रहो D5 के नाल देखते रहो D5 चैनल पंजाबी। D5 चैनल पंजाबी हमें सबसक्राइब करो बैल आइकन पर क्लिक करो।